ਬਹੁਤ ਹੀ ਸਤਿਕਾਰਯੋਗ ਸਮੂਹ ਗੈਸਟ ਬ੍ਰਿਟਿਸ਼ ਸਾਹਿਬ ਪ੍ਰੋਫੈਸਰ ਸਾਥੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਅੱਜ ਪਿੰਡ ਸੰਧਵਾਂ ਵਿਖੇ ਜੋ ਸਾਥੀਆਂ ਨੇ ਉਤਸ਼ਾਹ ਦਿਖਾਇਆ, ਇਕੱਠ ਕੀਤਾ, ਉਹਦੇ ਲਈ ਸਭ ਦਾ ਧੰਨਵਾਦ ਤੇ ਜਿਹੜੇ ਪ੍ਰਬੰਧਕ ਸੀਗੇ ਉਹਨਾਂ ਦਾ ਵੀ ਧੰਨਵਾਦ। ਉਹ ਜਿਹੜਾ ਰੋਸ ਧਰਨਾ ਸੀ ਅੱਜ ਆਪਣਾ ਉਹ ਚੰਗਾ ਰਿਹਾ, ਕਿਉਂਕਿ ਲੋਕਾਂ ਦਾ ਹੰਗਾਰਾ ਬਹੁਤ ਸੀਗਾ। ਤੇ ਸਾਥੀਓ, ਅੱਜ ਇਤਿਹਾਸਕ ਕਦਮ ਚੁੱਕੇ ਗਏ ਨੇਗੇ। ਗੈਸਟ ਬ੍ਰਿਟਿਸ਼ ਐਕਟ ਪ੍ਰੋਫੈਸਰਾਂ ਦੀ ਹੱਕੀ ਮੰਗਾਂ ਦੇ ਲਈ ਵੱਖ ਵੱਖ ਜਥੇਬੰਦੀਆਂ ਆਪਣੇ ਆਪਣੇ ਪੱਧਰ ਤੇ ਯਤਨ ਕਰ ਰਹੀਆਂ ਸੀਗੀਆਂ, ਪਰ ਅੱਜ ਸਾਰੇ ਹੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਇਕੱਠਾ ਕੀਤਾ ਗਿਆ ਤੇ ਗੈਸਟ ਬ੍ਰਿਟਿਸ਼ ਸੰਯੁਕਤ ਫਰੰਟ ਪੰਜਾਬ ਦੀ ਸਥਾਪਨਾ ਕੀਤੀ ਗਈ ਹੈ। ਤੇ ਹੁਣ ਇਸ ਤੋਂ ਬਾਅਦ ਜੋ ਵੀ ਜਥੇਬੰਦੀ ਨੂੰ ਲੀਡ ਕਰੇਗਾ ਉਹ ਹੈ ਗੈਸਟ ਬ੍ਰਿਟਿਸ਼ ਸੰਯੁਕਤ ਫਰੰਟ ਪੰਜਾਬ। ਉਸੇ ਤਹਿਤ ਸਾਡੀ ਇੱਕੋ ਹੀ ਮੰਗ ਹੋਵੇਗੀ ਤੇ ਉਸੇ ਤਹਿਤ ਹੀ ਤੁਹਾਨੂੰ ਜਿਹੜੀ ਨਿਰਦੇਸ਼ਨਾ ਦਿੱਤੀ ਜਾਵੇਗੀ ਉਸੇ ਮੁਤਾਬਕ ਹੀ ਸਮੂਹ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਕੰਮ ਕਰਦੇ ਸਾਥੀਆਂ ਨੇ ਕੰਮ ਕਰਨਾ ਹੈ। ਤਾਂ ਮੈਂ ਹੁਣੇ ਹੁਣੇ ਘਰੇ ਪਹੁੰਚਿਆ ਸੀਗਾ, ਮੈਂ ਕਿਹਾ ਵੀ ਜਿਹੜੇ ਕਾਲਜ ਅੱਜ ਉਸ ਧਰਨੇ ਚ ਪਹੁੰਚ ਨਹੀਂ ਸਕੇ ਉਹਨਾਂ ਸਾਰੇ ਸਾਥੀਆਂ ਨੂੰ ਦੱਸ ਦਿਆਂ ਵੀ ਤਾਂ ਜੋ ਕਦਮ ਉੱਥੇ ਪੁੱਟੇ ਗਏ ਨੇ, ਜੋ ਸਭ ਦੀ ਸਹਿਮਤੀ ਨਾਲ ਅਸੀਂ ਅਗਲੀ ਰਣਨੀਤੀ ਤੈਅ ਕੀਤੀ ਹੈ ਉਹਦੇ ਬਾਰੇ ਸਾਰੇ ਕਾਲਜਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤਾਂ ਕੱਲ੍ਹ ਯਾਨੀ ਕਿ 30 ਸਤੰਬਰ ਨੂੰ ਜਿਹੜੇ ਵੀ ਸਾਥੀ ਕਿਸੇ ਵੀ ਕਾਲਜ ਦੇ ਵਿੱਚ ਨਵੇਂ ਪ੍ਰੋਫੈਸਰ ਆਉਣ ਨਾਲ ਇਫੈਕਟਡ ਹੋਏ ਨੇਗੇ ਉਹ ਸਾਥੀ ਆਪਣਾ ਸਵੇਰੇ ਜਾ ਕੇ ਹਰ ਰੋਜ਼ ਦੀ ਤਰ੍ਹਾਂ ਆਪਣੀ ਹਾਜ਼ਰੀ ਲਗਾਉਣਗੇ ਤੇ ਜਿਹੜੇ ਉਸ ਕਾਲਜ ਦੇ ਸਾਥੀ ਨੇ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਉਹਦੇ ਨਾਲ ਚਟਾਨ ਵਾਂਗ ਖੜਨਗੇ ਤਾਂ ਜੋ ਕਿਸੇ ਵੀ ਸਾਥੀ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਸ ਤੋਂ ਅਗਲੀ ਜਿਹੜੀ ਸਾਡੀ ਰਣਨੀਤੀ ਹੈ ਉਹ 1 ਅਕਤੂਬਰ ਦੀ ਇਹ ਹੈ ਵੀ ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ ਦੇ ਵਿੱਚ ਸਾਰੇ ਸਾਥੀ ਸਮੂਹਕ ਛੁੱਟੀ ਲੈ ਕੇ 1 ਦਿਨ ਦੀ ਆਪਣੇ ਕਾਲਜ ਦੇ ਵਿੱਚ 9 ਵਜੇ ਤੋਂ ਲੈ ਕੇ 2:30 ਵਜੇ ਤੱਕ ਆਪਣੇ ਕਾਲਜ ਦੇ ਵਿੱਚ ਧਰਨੇ ਦੇਣਗੇ ਸਾਰੇ ਪੰਜਾਬ ਦੇ ਵਿੱਚ। ਤਾਂ ਤੁਹਾਨੂੰ ਇੱਕ ਮੰਗ ਪੱਤਰ ਜੋ ਬਣ ਚੁੱਕਾ ਹੈਗਾ ਜਿਸ ਦੇ ਸੰਬੰਧੀ ਸਾਰੀ ਸਹਿਮਤੀ ਲੈ ਲਈ ਗਈ ਹੈ ਉਹ ਵੀ ਭੇਜਿਆ ਜਾਵੇਗਾ ਤੇ ਪ੍ਰੈਸ ਨੋਟ ਵੀ 1 ਅਕਤੂਬਰ ਨੂੰ ਗੈਸਟ ਬ੍ਰਿਟਿਸ਼ ਸੰਯੁਕਤ ਫਰੰਟ ਪੰਜਾਬ ਵੱਲੋਂ ਉਹ ਵੀ ਭੇਜਿਆ ਜਾਵੇਗਾ। ਇੱਕੋ ਹੀ ਖਬਰ ਤੇ ਇੱਕੋ ਹੀ ਮੰਗ ਸਾਰੇ ਪੰਜਾਬ ਦੇ ਵਿੱਚ ਰੱਖੀ ਜਾਵੇਗੀ ਤੇ ਸਾਥੀਓ ਘਬਰਾਉਣਾ ਨਹੀਂ, ਸਾਰਿਆਂ ਦੇ ਨਾਲ ਫਰੰਟ ਵੱਲੋਂ ਚਟਾਨਵਾਂ ਖੜਨ ਦਾ ਵਾਅਦਾ ਕੀਤਾ ਗਿਆ ਹੈਗਾ। ਕਿਸੇ ਵੀ ਸਾਥੀ ਦੀ ਨੌਕਰੀ ਨੂੰ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ, ਪਰ ਇਹ ਤਾਂਹੀਓ ਸੰਭਵ ਹੈ ਜੇ ਪੰਜਾਬ ਦੇ ਸਮੂਹ ਗੈਸਟ ਬ੍ਰਿਟਿਸ਼ ਸਹਿਕ ਪ੍ਰੋਫੈਸਰ ਸਾਥੀ ਉਸ ਫਰੰਟ ਦਾ ਸਾਥ ਦੇਣ। ਤਾਂ ਮੈਂ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਦੱਸ ਦਿਆਂ ਕਿ 1 ਤਰੀਕ ਨੂੰ ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ ਦੇ ਗੈਸਟ ਬ੍ਰਿਟਿਸ਼ ਸਹਿਕ ਪ੍ਰੋਫੈਸਰ 1 ਦਿਨ ਦੀ ਸਮੂਹਕ ਛੁੱਟੀ ਲਿਖ ਕੇ ਆਪਣੇ ਦਫ਼ਤਰ ਦੇ ਵਿੱਚ ਕਾਲੇ ਦਫ਼ਤਰ ਜਮ੍ਹਾਂ ਕਰਾ ਕੇ ਧਰਨੇ ਤੇ ਬੈਠਣਗੇ ਤੇ ਕੱਲ੍ਹ ਦਾ ਦਿਨ ਤੁਹਾਨੂੰ ਤਾਂ ਦਿੱਤਾ ਗਿਆ ਹੈ ਵੀ ਜੇਕਰ ਜਿਹੜੀ ਕੋਈ ਪਰਸਨ ਦੀ ਤਿਆਰੀ ਕਰਨੀ ਹੈ ਕੋਈ ਆਸੇ ਪਾਸੇ ਨੇੜੇ ਦੀਆਂ ਕਿਸਾਨ ਜਥੇਬੰਦੀਆਂ ਨੇ ਜਾਂ ਵਿਦਿਆਰਥੀ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਤਾਲਮੇਲ ਕੀਤਾ ਜਾ ਸਕੇ ਤੇ ਜਿਹੜੇ ਮੀਡੀਆ ਕਰਮੀ ਨੇ ਪ੍ਰੈਸ ਵਾਲੇ ਨੇ ਉਹਨਾਂ ਨੂੰ ਵੀ ਆਪਣੇ ਕਾਲਜਾਂ ਦੇ ਵਿੱਚ ਜਦੋਂ ਧਰਨਾ ਤੁਹਾਡਾ ਲੱਗਣਾ ਹੈਗਾ ਉਦੋਂ ਮਤਲਬ ਕਿ ਉੱਥੇ ਉਹਨਾਂ ਨੂੰ ਬੁਲਾਇਆ ਜਾ ਸਕੇ। ਸਾਡਾ ਮੋਟਿਵ ਕਿਸੇ ਵੀ ਮਤਲਬ ਕਿ 1151 ਜਿਹੜੇ ਸਹਾਇਕ ਪ੍ਰੋਫੈਸਰ ਨੇ ਉਹਨਾਂ ਦਾ ਕੋਈ ਵਿਰੋਧ ਕਰਨਾ ਨਹੀਂ ਹੈ।
ਸਿੱਧੇ ਤੌਰ ਤੇ ਸਾਡੀ ਉਹਨਾਂ ਦੇ ਨਾਲ ਕੋਈ ਲੜਾਈ ਨਹੀਂ ਹੈ। ਅਸੀਂ ਤਾਂ ਸਰਕਾਰ ਤੇ ਚਾਹੁੰਦੇ ਹਾਂ ਵੀ ਜੇ ਉਹਨਾਂ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਤਾਂ ਸਾਡੇ ਨੌਜਵਾਨ ਜੇਕਰ ਕੋਈ ਗੈਸਟੇਬਿਲਟੀ ਸਾਥੀ ਪ੍ਰਭਾਵਿਤ ਹੈ ਤਾਂ ਸਾਨੂੰ ਵੀ ਮਤਲਬ ਕਿ ਇੱਕ ਪਾਲਿਸੀ ਬਣਾ ਕੇ ਸਾਡੀਆਂ ਨੌਕਰੀਆਂ ਨੂੰ ਵੀ ਸੁਰੱਖਿਅਤ ਕੀਤਾ ਜਾਵੇ। ਤਾਂ ਦੋਸਤੋ ਇਹ ਜੋ ਮੇਰਾ ਕਿਉਂਕਿ ਮੇਰੀ ਡਿਊਟੀ ਲੱਗੀ ਸੀਗੀ ਇਹ ਦੱਸਣਾ ਤੁਹਾਨੂੰ ਬਹੁਤ ਜ਼ਰੂਰੀ ਸੀਗਾ ਤਾਂ ਜੋ ਕਿਸੇ ਵੀ ਕਾਲੇ ਦੇ ਵਿੱਚ ਕੋਈ ਦੋ ਵਿਚਾਰਧਾਰਾਵਾਂ ਨਾ ਹੋਣ ਵੀ ਅਸੀਂ ਅੱਗੇ ਕਰਨਾ ਕੀ ਹੈ। ਤਾਂ ਸਾਥੀਓ ਗੈਸਟੇਬਿਲਟੀ ਸੰਯੁਕਤ ਫਰੰਟ ਪੰਜਾਬ ਦੇ ਅਧੀਨ ਹੀ ਅਗਲੀ ਸਾਰੀ ਲੜਾਈ ਹੋਵੇਗੀ। ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।